ਫੁਲਕਾਰੀ ਮੇਰੀ ਰੇਸ਼ਮੀ ਰੰਗ ਟੁਕਾਏ ਠੀਕ, ਛੇਤੀ ਦਰਸ਼ਨ ਦੇਵ ਨੇ ਮੈਂ ਰਹੀ ਰਸਤੇ ਉਡੀਕ। ਫੁਲਕਾਰੀ ਕਹਿਣ ਨੂੰ ਸਤਰੀਆਂ ਦੇ ਕੱਜਣ ਦਾ ਇੱਕ ਕੱਪੜਾ ਮਾਤਰ ਹੈ, ਪਰ ਨਹੀਂ, ਇਹ ਫੁਲਕਾਰੀ ਜਿਹਦੇ ਵਿੱਚ ਬਹੁਤ ਸਾਰੀਆਂ ਭਾਵਨਾਵਾਂ ਲੁਕੀਆਂ ਨੇ, ਜਿਹਦੇ 'ਚ ਉਡੀਕ ਲਿਖੀ ਹੈ, ਜਿਹਦੇ ਵਿੱਚ ਬਹੁਤ ਸਾਰੇ ਵਲਵਲੇ ਔਰਤ ਦੇ ਮਨ ਦੇ ਹੁੰਦੇ ਨੇ। ਕਹਿੰਦੇ ਨੇ ਕਿ ਪਹਿਲੇ ਸਮਿਆਂ ਦੇ ਵਿੱਚ ਜਦੋਂ ਕਿਤੇ ਔਰਤਾਂ ਘਰੇਲੂ ਕੰਮਾਂ ਕਾਰਾਂ ਤੋਂ ਬਾਅਦ ਆਪਣਾ ਵਕਤ ਬਿਤਾਉਣਾ ਚਾਹੁੰਦੀਆਂ ਸੀ ਤਾਂ ਬਹੁਤ ਸਾਰੇ ਹੁਨਰ ਜਿਹੜੇ ਸੀ ਉਹ ਸਿੱਖਦੀਆਂ ਹੁੰਦੀਆਂ ਸੀ। ਬਹੁਤ ਸਾਰੀਆਂ ਧੀਆਂ ਨੂੰ ਉਹਨਾਂ ਦੀਆਂ ਮਾਵਾਂ ਨੇ ਇਹ ਹੁਨਰ ਵਿਰਾਸਤ ਦੇ ਵਿੱਚ ਦਿੱਤਾ, ਜਿਨ੍ਹਾਂ ਦੇ ਵਿੱਚੋਂ ਚਰਖਾ ਕੱਤਣਾ, ਸਿਲਾਈ ਕਢਾਈ, ਬੁਣਾਈ ਅਤੇ ਫੁਲਕਾਰੀ ਅਹਿਮ ਹੈ। ਫੁਲਕਾਰੀ ਦੀ ਇਹ ਪ੍ਰਥਾ ਜੋ ਸਾਡੇ ਪੰਜਾਬ ਦੇ ਵਿੱਚੋਂ ਹੀ ਸ਼ੁਰੂ ਹੋਈ ਅਤੇ ਹੁਣ ਹੌਲੀ ਹੌਲੀ ਮੁੱਕਦੀ ਜਾ ਰਹੀ ਹੈ, ਲਹਿੰਦੇ ਪੰਜਾਬ ਤੋਂ ਚੱਲੀ, ਜਦੋਂ ਪੰਜਾਬ ਸਾਂਝਾ ਹੁੰਦਾ ਸੀ ਅੱਜ ਤੱਕ ਇਹ ਪ੍ਰਥਾ ਚੱਲਦੀ ਆ ਰਹੀ ਹੈ, ਪਰ ਕਿਤੇ ਟਾਵੀਂ ਟੱਲੀ। ਬਹੁਤ ਸਾਰੀ ਜਗ੍ਹਾ 'ਤੇ ਇਸ ਦੀ ਜਗ੍ਹਾ ਜੋ ਹੈ ਫੁਲਕਾਰੀ ਦੀ ਜਗ੍ਹਾ ਉਹ ਮਸ਼ੀਨੀ ਕਢਾਈ ਨੇ ਲੈ ਲਈ ਹੈ। ਪਰ ਅੱਜ ਜਿਸ ਸ਼ਖਸੀਅਤ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਹਨਾਂ ਨੇ ਪਿਛਲੀਆਂ 4 ਪੁਸ਼ਤਾਂ ਤੋਂ ਇਸ ਫੁਲਕਾਰੀ ਦੀ ਪ੍ਰਥਾ ਨੂੰ, ਇਸ ਫੁਲਕਾਰੀ ਦੀ ਕਲਾ ਨੂੰ ਸਾਂਭ ਕੇ ਰੱਖਿਆ, ਔਰ ਉਸੇ ਹੀ ਮਾਧਿਅਮ ਰਾਹੀਂ DD ਪੰਜਾਬੀ ਦਾ ਪ੍ਰੋਗਰਾਮ ਮੇਰੀ ਕਲਾ ਤੁਹਾਡੇ ਲਈ ਅੱਜ ਮਿਲਵਾਉਣ ਜਾ ਰਿਹਾ ਹੈ ਫੁਲਕਾਰੀ ਦੀ ਇਸ ਅਮੀਰ ਵਿਰਾਸਤ ਨੂੰ ਅੱਗੇ ਤੋਰਨ ਵਾਲੀ ਲਵਲੀ ਜੀ ਦੇ ਨਾਲ। ਲਵਲੀ ਜੀ, ਫੁਲਕਾਰੀ ਲਵਲੀ ਜੀ ਜੋ ਆਪਾਂ ਲਈ ਹੋਈ ਹੈ, ਤੁਸੀਂ ਵੀ ਮੈਂ ਵੀ, ਇਹਦੇ ਬਹੁਤ ਸਾਰੇ ਰੰਗ ਰੂਪ ਨੇ, ਇਹ ਖਿੜੀ ਖਿੜੀ ਕਿੰਨੀ ਸੋਹਣੀ ਲੱਗਦੀ ਹੈ। ਕਹਿੰਦੇ ਨੇ ਕਿ ਪੰਜਾਬਣ ਦੀ ਪਛਾਣ ਜਿਹੜੀ ਹੈ ਨਾ ਉਹ ਫੁਲਕਾਰੀ ਤੋਂ ਹੁੰਦੀ ਹੈ। ਤੁਹਾਨੂੰ ਇਹ ਸੋਹਣੀ ਕਲਾ ਇਹ ਆਪਣੇ ਮੰਮੀ ਤੋਂ ਮਿਲੀ, ਮਾਤਾ ਜੀ ਤੋਂ ਮਿਲੀ, ਇਹਦਾ ਥੋੜ੍ਹਾ ਜਿਹਾ ਇਹਦੇ ਬਾਰੇ ਦੱਸੋ, ਕਿਉਂਕਿ ਅੱਜ ਕੱਲ੍ਹ ਦੀਆਂ ਮੇਰੇ ਵਰਗੀਆਂ ਕੁੜੀਆਂ ਨੂੰ ਪਤਾ ਹੀ ਨਹੀਂ ਫੁਲਕਾਰੀ ਬਾਰੇ। ਫੁਲਕਾਰੀ ਦੀ ਜਿਹੜੀ ਪ੍ਰਥਾ ਹੈ, ਮੇਰੀ ਮਦਰ ਨੇ ਆਪਣੀ ਨਾਨੀ ਤੋਂ ਸਿੱਖੀ ਸੀਗੀ, ਮੈਂ ਆਪ ਵੀ ਆਪਣੀ ਨਾਨੀ ਤੋਂ ਸਿੱਖੀ ਆ। ਇਸ ਟਾਈਮ ਤਾਂ ਉਹ ਹੈ ਨਹੀਂ, ਮੇਰੇ ਨਾਨੀ ਤਾਂ ਹੈਗੀ, ਉਹਨਾਂ ਦੇ ਨਾਨੀ ਨਹੀਂ ਹੈ, ਉਹਨਾਂ ਦੇ ਨਾਨੀ ਤੋਂ ਸਿੱਖੀ ਸੀਗੀ ਜੀ, ਅਤੇ ਬਟ ਉਹ ਮੇਰੀ ਮਦਰ ਤੋਂ ਜ਼ਿਆਦਾ ਸਿੱਖੀ। ਅਸੀਂ ਛੋਟੇ ਛੋਟੇ ਹੁੰਦੇ ਸੀ, ਉਦੋਂ ਕਮਾਈ ਦਾ ਕੋਈ ਸਾਧਨ ਨਹੀਂ ਸੀਗਾ ਜੀ, ਤਾਂ ਉਹਨਾਂ ਨੇ ਇਸ ਕਲਾ ਨੂੰ ਹੀ ਅੱਗੇ ਪ੍ਰਮੋਟ ਕੀਤਾ ਕਿ ਨਹੀਂ ਮੈਂ ਇਸ ਕਲਾ ਨਾਲ ਅੱਗੇ ਵੱਧ ਸਕਦੀ ਹਾਂ ਜਾਂ ਬੱਚੇ ਦਾ ਪਾਲਣ ਪੋਸ਼ਣ ਕਰ ਸਕਦੀ ਹਾਂ, ਇਸ ਤਰ੍ਹਾਂ ਸ਼ੁਰੂ ਕੀਤਾ ਸੀ। ਅਤੇ ਉਹਦੇ ਵਾਸਤੇ ਉਹਨਾਂ ਨੇ ਬਾਹਰ ਐਗਜੀਬਿਸ਼ਨ ਲਗਾਉਣੀ ਸ਼ੁਰੂ ਕੀਤੀਆਂ, ਜਿੱਥੋਂ ਸਾਨੂੰ ਔਰਡਰ ਆਉਣ ਲੱਗੇ, ਫਿਰ ਥੋੜ੍ਹਾ ਹੋਰ ਹੌਸਲਾ ਵਧਿਆ। ਜਿਹੜੀ ਸਰ ਮੇਰੀ ਮੰਮੀ ਹੈ ਇਸ ਟਾਈਮ ਤਾਂ ਉਹ ਦਿੱਲੀ 'ਚ ਨੇ, ਉੱਥੇ ਦਿੱਲੀ ਹਾਰਟ ਲਗਾਇਆ ਹੋਇਆ ਉਹਨਾਂ ਨੇ, ਉਹ ਕਰਦੇ ਹੀ ਰਹਿੰਦੇ ਨੇ, ਜਿੰਨੀ ਮੈਂ ਗੱਲ ਕਰ ਰਹੀ ਹਾਂ ਗੱਲ ਕਰਦੇ ਕਰਦੇ ਕੰਮ ਵੀ ਕਰਦੇ ਰਹਿਣਗੇ। ਉਹਨਾਂ ਨੇ ਇੱਕ ਉਹਨਾਂ ਨੂੰ ਇੱਕ ਹਜ਼ੂਮ ਜਿਹਾ ਚੜ ਗਿਆ ਕਿ ਮੈਂ ਕੰਮ ਕਰਨਾ ਹੀ ਕਰਨਾ, ਉਹ ਜਨੂਨ ਹੈ। ਈਵਨ ਕਿ ਜਦੋਂ ਕੋਵਿਡ ਵੀ ਸੀਗਾ, ਕਮਾਈ ਦਾ ਸਾਧਨ ਖਤਮ ਹੋ ਚੁੱਕੇ ਸੀ, ਉਹਨਾਂ ਨੇ ਉਹ ਸਾਲ ਵੀ ਸਾਨੂੰ ਪਤਾ ਲੱਗਿਆ ਕਿਵੇਂ ਕੱਢਤਾ ਉਹਨਾਂ ਨੇ ਜੀ, ਉਹ ਕੰਮ ਕਰਨਾ, ਛਪਾਈ ਕਰਨੀ, ਕਢਾਈ ਕਰਨੀ, ਲੋਕਾਂ ਨੂੰ ਦੇਣਾ ਨਹੀਂ, ਰੁਜ਼ਗਾਰ ਦੇਣਾ, ਤਾਂ ਹੀ ਲੋਕਾਂ ਦਾ ਹੌਸਲਾ ਵਧੇਗਾ, ਨਹੀਂ ਤਾਂ ਬੰਦ ਹੋ ਜਾਏਗਾ। ਵੈਸੇ ਹੁਣ ਬੰਦ ਹੋ ਚੁੱਕੇ, ਪਰ ਅਸੀਂ ਉਹਨੂੰ ਚਲਾ ਰਹੇ ਹਾਂ, ਹਾਲੇ ਵੀ 250 ਲੇਡੀਜ਼ ਕੰਮ ਕਰ ਰਹੀਆਂ ਨੇ। ਜਿਹੜੀ ਇਹ ਫੁਲਕਾਰੀ ਮੈਂ ਲਈ ਹੈ, ਭਲਾ ਇਹਨੂੰ ਕੀ ਕਹਿੰਦੇ ਨੇ? ਔਰ ਬਾਗ ਦੇ ਵਿੱਚ ਵੀ ਕਹਿੰਦੇ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਨੇ, ਬਹੁਤ ਸਾਰੀਆਂ ਹੁੰਦੀਆਂ ਕਿਸਮਾਂ ਬਾਗ ਵਿੱਚ। ਉਹ 'ਚ ਸੂਰਜਮੁਖੀ ਹੈ, ਬੇਲਨ ਬਾਗ ਹੈ, ਦਰਸ਼ਨ ਦੁਆਰ ਹੈ, ਬਹੁਤ ਸਾਰੇ ਬਾਗ ਹੈ ਉਹਦੇ 'ਚ, ਜਿਹਨਾਂ 'ਚ ਕਲਾ ਤਾਂ ਹੈ ਹੀ ਹੈ। ਉਹਦੇ 'ਚ ਉਹਨਾਂ ਦੇ ਕੁਐਸਚਨ ਦੇ ਆਂਸਰ ਨਿਕਲਦੇ ਨੇ, ਕਿਉਂ ਬਣਿਆ ਸੀ, ਕਿਸ ਪਾਸੇ ਬਣਿਆ ਸੀ, ਉਸ ਟਾਈਮ ਕੀ ਮਾਹੌਲ ਚੱਲ ਰਿਹਾ ਸੀਗਾ, ਉਸ ਹਿਸਾਬ ਨਾਲ ਫੁਲਕਾਰੀ ਬਣਾਉਂਦੀਆਂ। ਯਾਨੀ ਹਰ ਫੁਲਕਾਰੀ ਆਪਣੀ ਇੱਕ ਕਹਾਣੀ ਵੀ ਦੱਸਦੀ ਹੈ। ਜੇ ਅਸੀਂ ਫੁਲਕਾਰੀ ਦੀ ਗੱਲ ਕਰੀਏ, ਬਾਗ ਦੇ ਬਾਰੇ ਤਾਂ ਬਹੁਤ ਸਾਰੇ ਲੋਕਾਂ ਨੇ ਸੁਣਿਆ ਹੀ ਹੋਇਆ, ਇਸ ਤੋਂ ਇਲਾਵਾ ਵੀ ਕਹਿੰਦੇ ਕਿ ਬਾਗ ਦੀਆਂ ਵੀ ਬਹੁਤ ਸਾਰੀਆਂ ਕਿਸਮਾਂ ਨੇ, ਹੋਰ ਵੀ ਫੁਲਕਾਰੀਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਜਿਨ੍ਹਾਂ ਬਾਰੇ ਲੋਕਾਂ ਨੂੰ ਨਹੀਂ ਪਤਾ, ਥੋੜ੍ਹਾ ਉਹਦੇ ਬਾਰੇ ਵੀ ਜਾਣਕਾਰੀ ਦਿਓ। ਅੱਜ ਕੱਲ੍ਹ ਦੇ ਬੱਚਿਆਂ ਨੂੰ ਇਸ ਲਈ ਨਹੀਂ ਪਤਾ ਕਿਉਂਕਿ ਉਹਨਾਂ ਨੂੰ ਹੱਥ ਦੇ ਕੰਮ ਦੀ ਨੌਲੇਜ ਹੀ ਨਹੀਂ। ਪੜ੍ਹਾਈ ਕੰਪਿਊਟਰ ਸਾਇੰਸ ਦਾ ਜ਼ਮਾਨਾ ਆ ਗਿਆ, ਅਗਲਾ ਕਹਿੰਦਾ ਕੰਪਿਊਟਰ ਦੀ ਜੋਬ ਕਰਾਂ, ਕਿਹੜਾ ਸੂਈਆਂ ਮਾਰੇ। ਹਾਂਜੀ, ਪਰ ਪਿੰਡਾਂ 'ਚ ਹਲੇ ਵੀ ਕੁੜੀਆਂ ਹੈਗੀਆਂ ਜਿਹੜਾ ਇਹ ਕੰਮ ਕਰ ਰਹੀਆਂ ਨੇ ਪਿੰਡਾਂ 'ਚ, ਸ਼ਹਿਰਾਂ 'ਚ ਬਹੁਤ ਘੱਟ ਗਿਆ ਹੁਣ ਇਹ ਕੰਮ, ਪਹਿਲਾਂ ਸ਼ਹਿਰਾਂ 'ਚ ਵੀ ਹੁੰਦਾ ਸੀ, ਹੁਣ ਘੱਟ ਗਿਆ ਕੰਮ ਜੀ। ਪਰ ਸਾਡਾ ਜਿਹੜਾ ਮੋਟਿਵ ਹੈ ਕਿ ਅਸੀਂ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਵੀ ਇਹ ਕੰਮ ਸਿਖਾਉਣਾ ਜੀ, ਸਿਖਾ ਵੀ ਰਹੇ ਹਾਂ, ਸਿਖਾਉਣਾ ਵੀ ਹੈ ਅੱਗੇ।
ਸੋ ਬਾਗ ਦੀਆਂ ਜੇ ਕਿਸਮਾਂ ਦੀ ਗੱਲ ਕਰਾਂ ਤਾਂ ਉਹ ਕਿੰਨੀਆਂ ਕੁ ਕਿਸਮਾਂ ਨੇ? ਉਹ 53 ਤਰ੍ਹਾਂ ਦੀ ਬਾਗ ਹੁੰਦੇ ਸੀ ਪਹਿਲਾਂ, 53 ਜਦ ਤੱਕ ਮੰਮੀ ਨੇ ਸਾਨੂੰ ਦੱਸਿਆ ਮੇਰੀ ਮਾਤਾ ਜੀ ਨੇ ਜੀ, ਜਿਸ ਦਰਸ਼ਨ ਦੁਆਰ, ਕਲਮਕਾਰੀ, ਸੂਰਜਮੁਖੀ, ਬੇਲਨ ਬਾਗ, ਇੱਕ ਹਲਕੇ ਦੁਪੱਟੇ ਜਿਵੇਂ ਪੱਲਾ ਬੂਟੀ ਹੋ ਗਈ ਜਾਂ ਕੋਈ ਹਲਕਾ ਹਲਕਾ ਕੰਮ ਹੋ ਗਿਆ, ਪੂਰਾ ਬਾਗ ਤਾਂ ਹਰ ਲੇਡੀ ਬਣਾ ਨਹੀਂ ਸਕਦੀ। ਚੋਪ ਤੇ ਚੋਪ ਹੋ ਗਿਆ, ਚੋਪ ਤਾਂ ਬਣਦਾ ਹੀ ਬਣਦਾ, ਹੁਣ ਵੀ ਬਣਦਾ ਚੋਪ ਤਾਂ, ਚੋਪ ਤਾਂ ਹੁਣ ਬਣਦਾ, ਉਹਨੂੰ ਸਾਲ ਲੱਗਦਾ ਬਣਦੇ। ਚੋਪ ਜਿਹੜਾ ਬਣਦਾ ਉਹਦਾ ਅੱਗੇ ਪਿੱਛੇ ਤਾਂ ਨਜ਼ਰ ਨੇ ਕਿੱਥੋਂ ਸ਼ੁਰੂ ਕੀਤਾ ਕਿੱਥੇ ਬੰਦ ਕੀਤਾ। ਚੋਪ ਦੇ ਵਿੱਚ ਵੀ 27 ਤਰ੍ਹਾਂ ਦੇ ਡਿਜ਼ਾਇਨ ਪਾਏ ਹੋਣਗੇ ਅਸੀਂ। ਅੱਛਾ ਜੀ, ਉਹ ਤੁਹਾਨੂੰ ਪਤਾ ਲੈਣਾ ਕਿੱਦਾਂ ਕਿਹੜਾ ਡਿਜ਼ਾਇਨ ਕਿੱਥੋਂ ਚੱਕਿਆ। ਉਹ ਪਾਕਿਸਤਾਨ ਇੰਡੀਆ ਸਾਰਾ ਮਿਕਸ ਕਰ ਦਿੰਦੇ ਅਸੀਂ ਵਿੱਚ, ਉੱਥੇ ਦੇ ਜਿਹੜੇ ਉਹ ਗੁਰਦੁਆਰਾ ਦਰਬਾਰ ਸਾਹਿਬ ਜਾਂ ਕੁਛ ਵੀ ਹੈ ਉਹ ਸਾਰਾ ਵਿੱਚ ਆ ਜਾਂਦਾ। ਹਰ ਬਾਗ ਹਰ ਫੁਲਕਾਰੀ ਦੀ ਕਿਸਮ ਇੱਕ ਆਪੋ ਆਪਣਾ ਵੱਖਰਾ ਜਿਹੜਾ ਪਛਾਣ ਰੱਖਦੀ ਹੈ, ਉਹਦੇ ਵਿੱਚ ਇੱਕ ਕਹਾਣੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਹੁੰਦੀ ਹੈ। ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਜ਼ਿਆਦਾ ਰੁਝਾਨ ਮਸ਼ੀਨੀ ਕਢਾਈ ਵੱਲ ਹੈ, ਘੱਟ ਹੀ ਹੋ ਗਿਆ ਜਿਹੜਾ ਆਪਾਂ ਹੱਥ ਦੀ ਕਢਾਈ ਕਹੀਏ ਜਾਂ ਫਿਰ ਫੁਲਕਾਰੀ ਜਿਹੜੀ ਹੈ ਉਹ ਹੈ ਟ੍ਰੈਂਡ ਦੇ ਵਿੱਚ ਹੈ, ਬਹੁਤ ਲੋਕ ਅੱਜ ਵੀ ਮੰਗਦੇ ਨੇ ਲੇਕਿਨ ਉਹ ਘੱਟ ਗਏ ਨੇ। ਜ਼ਿਆਦਾ ਲੋਕ ਜਿਹੜੇ ਆ ਉਹਦੀ ਜਗ੍ਹਾ 'ਤੇ ਜਾਂ ਤੁਸੀਂ ਦੁਕਾਨਾਂ 'ਤੇ ਦੇਖ ਲਓ, ਵੱਡੇ ਵੱਡੇ ਮੌਲਸ ਦੇਖ ਲਓ, ਤੁਹਾਨੂੰ ਜ਼ਿਆਦਾ ਮਸ਼ੀਨੀ ਕਢਾਈ ਹੀ ਕਿਉਂ ਮਿਲਦੀ ਹੈ? ਕਿਉਂ ਮਸ਼ੀਨੀ ਕਢਾਈ ਨੇ ਸਾਡੀ ਇਸ ਕਲਾ ਨੂੰ ਖਤਮ ਕਰ ਦਿੱਤਾ? ਕਿਉਂਕਿ ਮਸ਼ੀਨੀ ਕਢਾਈ ਤਾਂ ਸਸਤੀ ਪੈਂਦੀ ਹੈ ਜੀ, ਬੱਚੇ ਜਿਹੜੇ ਅੱਜ ਕੱਲ੍ਹ ਸਿੱਖਣਾ ਨਹੀਂ ਚਾਹੁੰਦੇ ਹੈਗੇ, ਸਮਾਂ ਵੀ ਨਹੀਂ ਹੈ, ਟਾਈਮ ਵੀ ਨਹੀਂ, ਕੁਛ ਵੀ ਨਹੀਂ ਉਹਨਾਂ ਕੋਲ ਵੀ, ਉਹ ਕੰਪਿਊਟਰ ਸਾਇੰਸ ਵੱਲ ਜ਼ਿਆਦਾ ਭੱਜ ਰਹੇ ਬੱਚੇ, ਠੀਕ ਹੈ। ਉਹ ਜਿਹੜੀ ਮਸ਼ੀਨੀ ਕਢਾਈ ਸਸਤੀ ਪੈਂਦੀ ਹੈ ਜੀ, ਕਸਟਮਰ ਤਾਂ ਲੈਣਾ ਚਾਹੁੰਦਾ, ਲੋਕਾਂ ਨੂੰ ਹੈ ਹੱਥ ਦੀ ਕਲਾ ਲੈਣ ਦਾ, ਪਰ ਇੱਕ ਇੱਕ ਸਾਲ 'ਚ ਇੱਕ ਬਾਗ ਤਿਆਰ ਹੋਵੇ ਤਾਂ ਕਿੱਥੇ ਪਹੁੰਚ ਪਾਉਣਗੇ ਅਸੀਂ? ਵਕਤ ਜ਼ਿਆਦਾ ਲੱਗਦਾ ਹੈ। ਸੋ ਇਸ ਕਰਕੇ ਲੋਕਾਂ ਦਾ ਰੁਝਾਨ ਉਹਦੇ ਵਿੱਚ ਹੈ। ਸੋ ਕਦੇ ਇੰਝ ਵੀ ਲੱਗਿਆ ਵੀ ਸਾਡੀ ਜਿਹੜੀ ਇਹ ਕਲਾ ਆ ਇਹਦੇ ਵਿੱਚ ਓਨੀ ਕਮਾਈ ਨਹੀਂ ਹੋ ਰਹੀ ਜਿੰਨੀ ਹੋਣੀ ਚਾਹੀਦੀ ਹੈ? ਉਹ ਤਾਂ ਨਹੀਂ ਹੋ ਰਹੀ, ਉਹ ਵੱਡੇ ਵੱਡੇ ਸ਼ੋਰੂਮਾਂ 'ਚ ਹੋ ਰਹੀ ਹੈ, ਸਾਡੇ ਵਰਗੇ ਬਣਾ ਕੇ ਦਿੰਦੇ ਨੇ ਹੱਥ ਦਾ ਕੰਮ, ਜਿਹੜੀ ਚੀਜ਼ ਅਸੀਂ 1000 ਦੀ ਵੇਚਦੇ ਹਾਂ ਉੱਥੇ 5000 ਦੀ ਵਿਕਦੀ ਹੈ, ਉੱਥੇ ਲੋਕਾਂ ਨੂੰ ਪਤਾ ਨਹੀਂ ਹੈ ਨਾ ਹੱਥ ਦਾ ਕੰਮ ਬਣ ਕਿੱਥੇ ਰਿਹਾ ਜੀ। ਜੇ ਪਤਾ ਹੋਵੇ, ਬਹੁਤ ਸਾਰੇ ਲੋਕ ਇਸ ਗੱਲ ਤੋਂ ਅਣਜਾਣ ਨੇ। ਜੇ ਗੱਲ ਕਰੀਏ ਤੁਹਾਡੇ ਤੱਕ ਇਹ 4 ਪੀੜ੍ਹੀਆਂ ਤੋਂ ਚੱਲਦਾ ਆ ਰਿਹਾ ਹੈ ਨਾ ਇਹ ਫੁਲਕਾਰੀ ਦੀ ਕਲਾ ਦਾ ਕੰਮ ਜੋ ਹੈ, ਹੁਣ ਵੀ ਤੁਸੀਂ ਅੱਗੇ ਵੀ ਸਿਖਾ ਰਹੇ ਹੋ, ਤੁਹਾਡੇ ਮਾਤਾ ਜੀ ਨੂੰ ਪਦਮ ਸ਼੍ਰੀ ਦੇ ਨਾਲ ਨਵਾਜ਼ਿਆ ਗਿਆ, ਤੁਹਾਨੂੰ ਵੀ ਨੈਸ਼ਨਲ ਅਵਾਰਡ ਮਿਲਿਆ, ਬਹੁਤ ਸਾਰੇ ਸਟੇਟ ਅਵਾਰਡ ਵੀ ਮਿਲੇ ਨੇ। ਸੋ ਇਹ ਜੋ ਅਵਾਰਡ ਮਿਲੇ ਨੇ ਤੁਹਾਨੂੰ ਇਸ ਕਰਕੇ ਕਿ ਤੁਸੀਂ ਇਸ ਕਲਾ ਨੂੰ ਅੱਗੇ ਤੋਰਿਆ, ਤੁਹਾਡੇ ਮਾਤਾ ਜੀ ਜਿਵੇਂ ਕਿ ਤੁਸੀਂ ਦੱਸ ਰਹੇ ਸੀ ਕਿ ਉਹਨਾਂ ਨੇ ਕੋਵਿਡ ਦੇ ਸਮੇਂ ਦੇ ਵਿੱਚ ਵੀ ਸੋਚਿਆ ਕਿ ਮੈਂ ਇਹ ਕਰਨਾ, ਔਰ ਹੁਣ ਵੀ ਉਹਨਾਂ ਨੇ ਇਸ ਕਲਾ ਨੂੰ ਅੱਗੇ ਤੋਰਨ ਦਾ ਤਹੀਆ ਕੀਤਾ, ਅੱਜ ਦੇ ਦੌਰ ਦੇ ਵਿੱਚ ਤੁਸੀਂ ਇਸ ਨੂੰ ਕਿਵੇਂ ਅੱਗੇ ਲੈ ਕੇ ਜਾ ਰਹੇ ਹੋ, ਕੀ ਕਿਸੇ ਨੂੰ ਸਿਖਾ ਵੀ ਰਹੇ ਹੋ? ਇਹ ਕਲਾ ਨੂੰ ਅਸੀਂ ਮਰਨ ਨਹੀਂ ਦੇਣਾ ਹੈਗਾ ਜੀ, ਜੇ ਮੇਰੀ ਮੰਮਾ ਨੇ ਮੈਨੂੰ ਸਿਖਾਇਆ ਹੈਗਾ, ਉਹਨਾਂ ਨੇ ਆਪਣੀ ਨਾਨੀ ਤੋਂ ਸਿੱਖਿਆ, ਅਤੇ ਮੇਰੀ ਮਦਰ ਵੀ ਇਹ ਕਹਿੰਦੇ ਨਹੀਂ ਇਸ ਕਲਾ ਨੂੰ ਆਪਾਂ ਕਦੇ ਨਹੀਂ ਮਰਨ ਦੇਣਾ। ਕੋਵਿਡ ਵਿੱਚ ਵੀ ਉਹਨਾਂ ਨੇ ਕਾਫੀ ਇਸ ਕੰਮ ਦੇ ਵਿੱਚ ਕਰਦੇ ਹੀ ਰਹੇ, ਉਹ ਫ੍ਰੀ ਨਹੀਂ ਰਹੇ, ਸਾਨੂੰ ਪਤਾ ਨਹੀਂ ਸਾਲ ਕਿਵੇਂ ਨਿਕਲਿਆ, ਅਤੇ ਉਹ ਮੇਰੀ ਵੀ ਕੋਸ਼ਿਸ਼ ਹੈ ਕਿ ਮੈਂ ਵੀ ਅੱਗੇ ਬੱਚਿਆਂ ਨੂੰ ਸਿਖਾਵਾਂ ਤਾਂ ਕਿ ਜਦੋਂ ਮੈਂ ਦੁਨੀਆ 'ਚ ਜਾਵਾਂ ਤਾਂ ਇਹ ਕਲਾ ਚੱਲਦੀ ਰਹੇ ਜੀ, ਸਾਲੋ ਸਾਲ ਕੇ ਅਰਬਾਂ ਸਾਲ ਤੱਕ ਚੱਲਦੀ ਰਹੇ, ਤਾਂ ਕਿ ਫੁਲਕਾਰੀ ਸਾਡੀ ਮਰਨੀ ਨਹੀਂ ਚਾਹੀਦੀ, ਪੰਜਾਬ ਦੀ ਇੱਕ ਕਲਾ ਹੈਗੀ ਹੈ, ਇਹ ਮਰਨੀ ਨਹੀਂ ਚਾਹੀਦੀ। ਮੈਂ ਤੁਹਾਡੇ DD ਪੰਜਾਬੀ ਦੂਰਦਰਸ਼ਨ ਤੋਂ ਇਹ ਕਹਿੰਦੀ ਹਾਂ ਕਿ ਅਸੀਂ ਜਿਨ੍ਹਾਂ ਨੇ ਵੀ ਸਿੱਖਣਾ ਸੀ ਫ੍ਰੀ ਆਫ ਕੋਸਟ ਸਿਖਾਵਾਂਗੇ ਉਹਨਾਂ ਨੂੰ, ਕੋਈ ਇਹਦੇ ਚਾਰਜਿਸ ਨਹੀਂ ਹੈ, ਤਾਂ ਕਿ ਕਲਾ ਜਿਨ੍ਹਾਂ ਨੂੰ ਸ਼ੌਂਕ ਹੈਗਾ ਉਹ ਸਿੱਖ ਸਕਦੇ ਨੇ ਸਾਡੇ ਕੋਲ ਆ ਕੇ। ਹੁਣ ਤੱਕ ਕਈ ਬੱਚਿਆਂ ਨੂੰ ਸਿਖਾ ਚੁੱਕੇ, ਹਜ਼ਾਰਾਂ ਬੱਚਿਆਂ ਨੂੰ ਸਿਖਾ ਚੁੱਕੇ ਹਾਂ, ਫੈਸ਼ਨ ਡਿਜ਼ਾਇਨਰ ਵੀ ਆਉਂਦੇ ਨੇ ਸਾਡੇ ਕੋਲ ਸਿੱਖਣ ਵਾਸਤੇ, ਕਿੱਥੋਂ ਕਿਤੋਂ ਮਹਾਰਾਸ਼ਟਰ ਤੋਂ, ਉੜੀਸਾ, ਸਭ ਜਗ੍ਹਾਵਾਂ ਤੋਂ ਆਉਂਦੇ ਨੇ, ਦਿੱਲੀ ਤੋਂ, ਕਾਲਜਾਂ ਤੋਂ ਆਉਂਦੇ ਨੇ ਬੱਚੇ ਸਿੱਖਣ ਵਾਸਤੇ ਜੀ। ਸੋ ਕਾਲਜ ਤੋਂ ਵੀ, ਫੈਸ਼ਨ ਡਿਜ਼ਾਇਨਿੰਗ ਵਾਲੇ ਵੀ ਹਰ ਤਰ੍ਹਾਂ ਦਾ ਤੁਹਾਡੇ ਕੋਲ ਆ ਕੇ ਸਿੱਖਦੇ ਵੀ ਨੇ? ਹਾਂਜੀ, ਅੱਗੇ ਵੀ ਸਿਖਾਵਾਂਗੇ, ਉਹਨਾਂ ਸਿਖਾਉਂਦੇ ਹਾਂ ਅਸੀਂ, ਕੱਪੜਾ ਦੇ ਉੱਪਰ ਕਿਹੜਾ ਰੰਗ ਸੂਟ ਕਰਦਾ, ਕਿਹੜਾ ਫਲਾਵਰ ਅੱਛਾ ਲੱਗੇਗਾ, ਗਲੇ 'ਤੇ ਕਿੰਨਾ ਹੀ ਕੰਮ ਆਉਣਾ ਹੈ, ਕਿੰਨਾ ਕੰਮ ਨਹੀਂ ਦੇਣਾ, ਅੱਜ ਕੱਲ੍ਹ ਲੋਕ ਹੈਵੀ ਪਸੰਦ ਨਹੀਂ ਕਰਦੇ, ਹਲਕਾ ਬਣਾਉਣਾ ਹੈਗਾ, ਉਹ ਸਭ ਅਸੀਂ ਉਹਨੂੰ ਦੱਸਦੇ ਹੁੰਦੇ ਹਾਂ। ਇਸ ਫੁਲਕਾਰੀ ਨੇ ਤੁਹਾਨੂੰ ਬਹੁਤ ਕੁਛ ਦਿੱਤਾ,
ਮਾਣ ਮੱਤਾ, ਅਵਾਰਡਸ, ਪਦਮ ਸ਼੍ਰੀ ਤੁਹਾਡੇ ਮਾਤਾ ਜੀ ਨੂੰ ਮਿਲਿਆ, ਤੁਹਾਨੂੰ ਵੀ ਨੈਸ਼ਨਲ ਅਵਾਰਡ ਮਿਲਿਆ, ਸਟੇਟ ਅਵਾਰਡਸ ਮਿਲੇ, ਹੋਰ ਵੀ ਕਈ ਨਾਮੀ ਗ੍ਰਾਮੀ ਸੰਸਥਾਵਾਂ ਨੇ ਤੁਹਾਨੂੰ ਸਨਮਾਨਿਤ ਕੀਤਾ। ਜਦੋਂ ਪਦਮ ਸ਼੍ਰੀ ਦੀ ਘੋਸ਼ਣਾ ਹੋਈ, ਨੈਸ਼ਨਲ ਅਵਾਰਡ ਦੀ ਘੋਸ਼ਣਾ ਹੋਈ, ਕਿੱਦਾਂ ਦਾ ਮਹਿਸੂਸ ਹੋਇਆ? ਜਦੋਂ ਮੈਨੂੰ 2010 'ਚ ਨੈਸ਼ਨਲ ਅਵਾਰਡ ਮਿਲਿਆ ਤਾਂ ਮੈਨੂੰ ਬਿਲੀਵ ਹੀ ਨਹੀਂ ਸੀ ਕਿ ਇਹ ਮਿਲ ਸਕਦਾ ਸਾਨੂੰ, ਵੀ ਮੈਨੂੰ ਇੰਨੀ ਕਲਾ ਹੈਗੀ ਮੇਰੇ ਅੰਦਰ, ਮੈਂ ਕਰਦੀ ਹਾਂ ਕੰਮ ਸੀਗਾ ਕਰਦੇ ਹਾਂ ਪਰ ਠੀਕ ਹੈ ਨੋਰਮਲੀ। ਪਰ ਜਦੋਂ ਫੋਨ ਆਇਆ ਕਿ ਤੁਹਾਡੇ ਨਾਲ ਸਿਲੈਕਸ਼ਨ ਹੋਈ ਹੈ ਨੈਸ਼ਨਲ ਅਵਾਰਡ ਲਈ, ਬਹੁਤ ਰੋਣ ਵਾਲਾ ਕੰਮ ਹੋ ਗਿਆ ਸੀ ਇੱਕ ਤਰ੍ਹਾਂ ਦਾ। ਤਾਂ ਉਸ ਤੋਂ ਬਾਅਦ ਮੈਂ ਕਰਦੀ ਗਈ ਅੱਗੇ ਅੱਗੇ ਕਰਨਾ ਇਹਨੂੰ। ਮੇਰੀ ਮਦਰ ਹੈ ਜਿਹੜੀ, ਉਹਨਾਂ ਨੂੰ ਨੈਸ਼ਨਲ ਅਵਾਰਡ ਮਿਲੀ ਸੀ 1993 'ਚ ਜੀ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਪਦਮ ਸ਼੍ਰੀ ਮਿਲਿਆ 2020 ਦੇ ਵਿੱਚ, ਕੋਵਿਡ ਦਾ ਟਾਈਮ, ਕੋਵਿਡ ਦਾ ਟਾਈਮ ਦੇ ਵਿੱਚ। ਹਾਂਜੀ ਹਾਂਜੀ, ਕੋਵਿਡ ਦੇ ਟਾਈਮ ਜਦੋਂ ਸਾਨੂੰ ਫੋਨ ਆਇਆ ਮਿਨਿਸਟਰੀ ਤੋਂ ਕਿ ਤੁਹਾਡਾ ਪਦਮ ਸ਼੍ਰੀ ਮੰਮੀ, ਤਾਂ ਸਾਰਾ ਘਰ ਹੀ ਰੋ ਪਿਆ ਖੁਸ਼ੀ ਨਾਲ। ਉਸ ਟਾਈਮ ਤਾਂ ਖੁਸ਼ੀ ਦੇ ਪਾਲੇ ਨਹੀਂ ਸੀ ਵੀ ਅਸੀਂ ਇੰਨੀ ਮਿਹਨਤ ਕੀਤੀ ਹੈ, ਸਾਨੂੰ ਇਹ ਫਲ ਰੱਬ ਦੇ ਰਿਹਾ ਸਾਨੂੰ ਅੱਜ। ਫਿਰ ਸਾਨੂੰ ਇਹ ਸੀਗਾ ਕਿ ਨਹੀਂ, ਸਾਡਾ ਨਾਮ ਨਹੀਂ ਹੈ ਕਿਸੇ ਹੋਰ ਦਾ ਆਉਣਾ, ਸਾਨੂੰ ਐਵੇਂ ਫੋਨ ਆ ਗਿਆ। ਫਿਰ ਨਹੀਂ, ਫਿਰ ਦੁਬਾਰਾ ਫੋਨ ਆਇਆ ਕਿ ਨਹੀਂ ਕੱਲ੍ਹ ਅਨਾਊਂਸ ਹੋ ਜਾਏਗਾ ਸਵੇਰੇ ਤੁਹਾਡਾ ਨਾਮ। ਅੱਜ ਦੀ ਗੱਲ ਕਰੀਏ ਤਾਂ ਬੜੀਆਂ ਦਿੱਕਤਾਂ ਨੇ ਇਸ ਫੀਲਡ ਦੇ ਵਿੱਚ, ਕਲਾ ਦੇ ਵਿੱਚ ਕੀ ਕੀ ਦਿੱਕਤਾਂ ਦਾ ਰੋਜ਼ਾਨਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ? ਦਿੱਕਤਾਂ ਇਹ ਕਿ ਜਿਵੇਂ ਇੱਕ ਕਾਰੀਗਰ ਅਗਰ ਕਰਨਾ ਸ਼ੁਰੂ ਕਰਦਾ ਇੱਕ ਚੀਜ਼ ਨੂੰ ਤਾਂ ਉਹੀ ਕਰੇਗਾ, ਦੂਜਾ ਬੰਦਾ ਹੱਥ, ਦੂਜਾ ਕਾਰੀਗਰ ਹੱਥ ਨਹੀਂ ਲਗਾ ਸਕਦਾ ਕਿਉਂਕਿ ਹੱਥ ਚੇਂਜ ਹੋ ਜਾਂਦਾ, ਬਦਲ ਜਾਂਦਾ। ਓਕੇ, ਜਦੋਂ ਬਿਮਾਰ ਸ਼ਮਾਰ ਪੈ ਗਿਆ ਕਿਤੇ ਮਹੀਨਾ ਦੋ ਮਹੀਨੇ, ਤਾਂ ਉਹ ਜਿਹੜਾ ਕਿਸੇ ਨੇ ਆਰਡਰ ਦਿੱਤਾ ਹੁੰਦਾ ਉਹ ਕੰਮ ਉੱਥੇ ਰੁਕ ਜਾਂਦਾ ਹੈਗਾ। ਓਕੇ, ਫਿਰ ਲੋਕ ਕਈ ਵਾਰ ਸਮਝ ਜਾਂਦੇ ਨੇ, ਚਲੋ ਕੋਈ ਨਾ ਕੰਮ ਨੂੰ ਟਾਈਮ ਲੱਗਦਾ, ਕਈ ਨਹੀਂ ਸਮਝਦੇ, ਕਈ ਸਮਝ ਵੀ ਜਾਂਦੇ ਨੇ ਵੀ ਨਹੀਂ ਹੱਥ ਦਾ ਕੰਮ ਕਰਵਾ ਰਹੇ ਹਾਂ ਤਾਂ ਟਾਈਮ ਵੀ ਲੱਗੇਗਾ, ਕੋਈ ਦਿੱਕਤਾਂ ਵੀ ਆਉਣਗੀਆਂ ਤਾਂ ਉਹਨੂੰ ਵੀ ਸਾਨੂੰ ਮੈਨੇਜ ਕਰਨਾ ਪਏਗਾ, ਮੈਨੇਜ ਕਰਨਾ ਪਏਗਾ। ਕਦੇ ਇਦਾਂ ਵੀ ਹੋਇਆ ਵੀ ਕਹਿੰਦੇ ਵੀ ਜਿਹੜੀ ਫੁਲਕਾਰੀ ਉਹ ਮਨ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦੀ ਹੈ, ਵੀ ਕਦੀ ਫੁਲਕਾਰੀ ਕੱਢਦਿਆਂ ਕੱਢਦਿਆਂ ਹੰਝੂ ਵੀ ਕਿਰੇ ਹੋਣ ਫੁਲਕਾਰੀ 'ਤੇ? ਹੰਝੂ ਵੀ ਗਿਰਦੇ ਨੇ ਜਦੋਂ ਘਰ 'ਚ ਕੋਈ ਸੱਸ ਮਾਂ ਕੁਛ ਕਹਿ ਦਿੰਦੀ ਹੈ, ਤਾਂ ਫਿਰ ਬੰਦਾ ਕਹਿੰਦਾ ਫੁਲਕਾਰੀ ਕੱਢਦੇ ਕੱਢਦੇ ਹੰਝੂ ਵੀ ਨਿਕਲਣ, ਕਢਾਈ ਹੋਈ ਜਾਣੀ। ਜਦੋਂ ਆਪਾਂ ਇਸ ਫੁਲਕਾਰੀ ਨੂੰ ਇੰਟਰਨੈਸ਼ਨਲ ਲੈਵਲ 'ਤੇ ਲੈ ਕੇ ਜਾਣਾ ਜਾਂ ਬਾਜ਼ਾਰਾਂ ਤੱਕ ਲੈ ਕੇ ਜਾਣਾ, ਕਿਉਂਕਿ ਬਾਜ਼ਾਰ ਦੇ ਵਿੱਚ ਮਸ਼ੀਨੀ ਕਢਾਈ ਹੈ, ਅਸੀਂ ਆਪਣੀ ਹੱਥ ਦੀ ਕਲਾ ਦਾ ਲੋਹਾ ਮਨਵਾਉਣਾ, ਸੋ ਮਾਰਕੀਟਿੰਗ ਕਿਵੇਂ ਕਰਦੇ ਹੋ? ਐਗਜ਼ੀਬਿਸ਼ਨ ਲਗਾ ਕੇ ਕਰਦੇ ਹਾਂ ਮਾਰਕੀਟਿੰਗ, ਔਨਲਾਈਨ ਵੀ ਕਰਦੇ ਹਾਂ, ਅਤੇ ਤਾਂ ਫਿਰ ਲੋਕ ਔਡਰ ਵੀ ਕਰਦੇ ਨੇ ਸਾਨੂੰ, ਬਣਵਾਉਂਦੇ ਵੀ ਹਾਂ ਉਹਨਾਂ ਵਾਸਤੇ, ਵੱਡੇ ਵੱਡੇ ਡਿਜ਼ਾਈਨਰ ਵੀ ਸਾਨੂੰ ਔਡਰ ਕਰਦੇ ਨੇ, ਉਹਨਾਂ ਵਾਸਤੇ ਵੀ ਦਈਦਾ ਅਸੀਂ ਸਮਾਨ ਬਣਾ ਕੇ ਜੀ, ਅਤੇ ਸਾਨੂੰ ਕਾਫੀ ਅੱਛਾ ਸਕੋਪ ਮਿਲਦਾ। ਹੱਥ ਦੀ ਕਲਾ ਨੂੰ ਲੋਕ ਅੱਜ ਵੀ ਮੰਨਦੇ ਨੇ, ਐਸੀ ਗੱਲ ਨਹੀਂ ਹੈ ਜੀ, ਮਸ਼ੀਨੀ ਯੁੱਗ ਆ ਤਾਂ ਗਿਆ ਪਰ ਮਸ਼ੀਨੀ ਮਸ਼ੀਨ ਤੱਕ ਹੀ ਹੈ, ਹੱਥ ਦੀ ਕਲਾ ਉਹ ਸਾਰੀ ਉਮਰ ਰਹਿਣੀ ਹੈ ਇੱਦਾਂ ਹੀ। ਸੋ ਇਹ ਜੋ ਅੱਜ ਤੁਹਾਡਾ ਇਹ ਪ੍ਰੋਗਰਾਮ ਦੇਖ ਰਹੇ ਨੇ ਖਾਸ ਤੌਰ 'ਤੇ ਕੁੜੀਆਂ ਔਰਤਾਂ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਇਹ ਕਹਿਣਾ ਚਾਹੂੰਗੇ ਵੀ ਅਗਰ ਉਹਨਾਂ ਨੂੰ ਸ਼ੌਂਕ ਹੈ ਹੱਥ ਦੀ ਕਲਾ ਸਿੱਖਣ ਦਾ, ਤਾਂ ਉਹ ਡੀ ਡੀ ਪੰਜਾਬੀ ਦੇ ਮਾਧਿਅਮ 'ਤੇ ਸਾਨੂੰ ਸੁਣੋ ਅਤੇ ਅਸੀਂ ਉਹਨਾਂ ਨੂੰ ਫਰੀ ਆਫ ਕੋਸਟ ਸਿਖਾਵਾਂਗੇ ਜੀ। ਲਵਲੀ ਜੀ, ਇਹ ਸਮਾਜ ਸੇਵਾ ਤੁਸੀਂ ਇੱਕ ਤਰ੍ਹਾਂ ਦੀ ਕਰ ਰਹੇ ਹੋ ਸਮਾਜ ਨੂੰ, ਜੋ ਤੁਹਾਡੀ ਦੇਣ ਹੈ, ਜੋ ਤੁਹਾਡੀ ਮਾਤਾ ਜੀ ਨੇ, ਨਾਨੀ ਨੇ, ਪੜਨਾਨੀ ਨੇ ਸਦੀਆਂ ਤੋਂ ਚਲਾਈ ਰਹੀ, ਤਾਂ ਅੱਜ ਤੁਸੀਂ ਅੱਗੇ ਦੀ ਅੱਗੇ ਤੋਰ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਸਾਡੇ ਦਰਸ਼ਕਾਂ ਨੂੰ ਪ੍ਰੋਗਰਾਮ ਮੇਰੀ ਕਲਾ ਦੇ ਜ਼ਰੀਏ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੇ ਤੁਹਾਡੇ ਵਿੱਚ ਵੀ ਕੋਈ ਹੁਨਰ ਹੈ ਤਾਂ ਤੁਸੀਂ ਉਸ ਹੁਨਰ ਨੂੰ ਅੱਗੇ ਲੈ ਕੇ ਆ ਸਕਦੇ ਹੋ, ਕਿਉਂਕਿ ਡੀਡੀ ਪੰਜਾਬੀ ਦੇ ਪ੍ਰੋਗਰਾਮ ਮੇਰੀ ਕਲਾ ਦਾ ਮਕਸਦ ਸਿਰਫ ਅਤੇ ਸਿਰਫ ਇਹੀ ਹੈ ਕਿ ਤੁਹਾਡੇ ਹੁਨਰ ਨੂੰ, ਤੁਹਾਡੀ ਕਲਾ ਨੂੰ ਇੱਕ ਨਵੀਂ ਪਛਾਣ ਦੇਣਾ, ਤਾਂ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਹਿਜ ਕਲਾਵਾਂ ਨੇ ਉਹਨਾਂ ਨੂੰ ਜ਼ਿੰਦਾ ਰੱਖਿਆ ਜਾ ਸਕੇ, ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਇਆ ਜਾ ਸਕੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਫੁਲਕਾਰੀ ਬਾਰੇ ਤੁਸੀਂ ਜਾਣਿਆ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਫਿਲਹਾਲ ਮੈਨੂੰ ਰੀਮਾ ਨੂੰ ਦਿਓ ਇਜਾਜ਼ਤ, ਦੇਖਦੇ ਰਹੋ ਡੀ ਡੀ ਪੰਜਾਬੀ।